ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅੱਜ ਮੈਂ ਪਹੁੰਚਿਆ ਬੜੀ ਖਾਸ ਜਗ੍ਹਾ ਦੇ ਉੱਤੇ। ਖਾਸ ਜਗ੍ਹਾ ਮਕਬਰਾ ਏ ਗੁਲ ਬੇਗਮ, ਮਕਬਰਾ ਗੁਲ ਬੇਗਮ ਜਾਂ ਗੁਲ ਬੇਗਮ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੁਸਲਿਮ ਵਾਈਫ ਸੀ, ਜਿਹਨੂੰ ਕਿਹਾ ਜਾਂਦਾ ਕਿ ਇੱਕ ਸੂਫੀ ਖਾਤੂਨ, ਇਹਨਾਂ ਤੋਂ ਮਸ਼ਵਰੇ ਜਿਹੜੇ ਸਨ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਕੋਰਟ ਦੀ ਬੈਕ ਸਾਈਡ ਦੇ ਉੱਤੇ ਬੈਠ ਕੇ ਲੈਂਦਾ ਸੀ। ਇਹ ਉਹ ਗੁਲ ਬੇਗਮ ਹੈ, ਔਰ ਗੁਲ ਬੇਗਮ ਜਿਹੜੀ ਹੈ ਉਹ ਕੋਈ ਮਤਲਬ ਕਿ ਕੁਛ ਲੋਕਾਂ ਦਾ ਖਿਆਲ ਸੀ ਕਿ ਗੁਲ ਬੇਗਮ ਜਿਹੜੀ ਹੈ ਉਹ ਕੋਈ ਤੋਇਫ ਜਾਂ ਇਸ ਤਰ੍ਹਾਂ ਦੀ, ਉਹ ਇਸ ਤਰ੍ਹਾਂ ਦੀ ਔਰਤ ਨਹੀਂ ਸੀ, ਉਹ ਸਿਰਫ ਮੋਹਰਾਂ ਤੋਇਫ ਸੀ। ਗੁਲ ਬੇਗਮ ਮਹਾਰਾਜਾ ਰਣਜੀਤ ਸਿੰਘ ਦੀ ਕੈਸੀ ਬੀਵੀ ਸੀ ਜਿਹੜੀ ਬਹੁਤ ਜ਼ਿਆਦਾ ਓਪਨ ਨਹੀਂ ਸੀ ਉਹ ਕਰਦੇ, ਬਹੁਤ ਜ਼ਿਆਦਾ ਓਪਨ ਨਹੀਂ ਸੀ ਕਰਦੇ, ਔਰ ਉਹਦੀ ਰੀਜ਼ਨ ਵੀ ਇਹੀ ਸੀ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਦੱਸਣਾ ਨਹੀਂ ਸੀ ਚਾਹੁੰਦੇ। ਆਓ ਐਂਟਰਸ, ਜਾਂ ਤੁਸੀਂ ਕਹਿ ਲਓ ਕਿ ਐਂਟਰਸ ਦੀ ਜਿਹੜੀ ਡਿਊਟੀ ਹੈ ਉਹ ਹੈ ਮਕਬਰਾ ਏ ਗੁਲ ਬੇਗਮ ਦੀ, ਔਰ ਇਹਦੇ ਉੱਤੇ ਤਕਰੀਬਨ 9 ਦਰੀ ਜਾਂ 12 ਦਰੀ ਜਿਹੜੀ ਹੈ ਉੱਤੇ ਉਹ ਬਣੀ ਹੋਈ ਹੈ, ਜਿਹਦੀ ਵਜ੍ਹਾ ਨਾਲ ਇਹਨੂੰ ਵਿਊ ਕੀਤਾ ਜਾ ਸਕਦਾ ਇਸ ਮਕਬਰੇ ਨੂੰ। ਡਿਊਰਿੰਗ ਖਾਲਸਾ ਰਾਜ ਪੰਜਾਬੀ ਸਰਕਾਰ ਦਾ ਇਹ ਬਣਵਾਇਆ ਹੋਇਆ ਮਕਬਰਾ ਮਹਾਰਾਣੀ ਗੁਲ ਬੇਗਮ ਦੀ ਯਾਦ ਵਿੱਚ ਤਾਮੀਰ ਕੀਤਾ ਗਿਆ ਸੀ। ਉਹਨਾਂ ਦਾ ਆਰਕੀਟੈਕਚਰ ਬਿਲਕੁਲ ਡਿਫਰੈਂਟ ਹੈ। ਅਗਰ ਲਾਹੌਰ ਦੇ ਅੰਦਰ ਆਰਕੀਟੈਕਚਰ ਦੇ ਹਵਾਲੇ ਨਾਲ ਤੁਸੀਂ ਦੇਖਦੇ ਹੋ ਤਾਂ ਸਾਹਿਬ ਮੀਆਂ ਮੀਰ, ਹਜ਼ਰਤ ਮੀਆਂ ਮੀਰ ਦਾ ਜਿਹੜਾ ਦਰਬਾਰ ਹੈ, ਔਰ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਉਹਨਾਂ ਦੀ ਸਮਾਧ ਹੈ, ਉਹ ਤੀਸਰੀ ਅਗਰ ਕਹਾਂਗੇ ਕਿ ਇਹ ਯਾਦਗਾਰ ਜਿਹੜੀ ਬਿਲਡਿੰਗ ਹੈ ਜਿਹਨੂੰ ਕਿ ਮਕਬਰਾ ਗੁਲ ਬੇਗਮ ਕਿਹਾ ਜਾਂਦਾ ਹੈ, ਬਾਗ ਉਹ ਮਕਬਰਾ ਗੁਲ ਬੇਗਮ, ਇਹ ਜਗ੍ਹਾ ਹੈ ਸਿਰਫ ਜਿਹੜੀ ਕਿ ਉਸ ਸ਼ੇਪ ਦੇ ਵਿੱਚ ਹੈ ਜਿਹਨੂੰ ਕਿ ਸਕੁਏਅਰ ਗੁੰਬਦ ਦੇ ਨਾਲ ਸ਼ੇਪ ਦਿੱਤੀ ਜਾਂਦੀ ਹੈ, ਕਿ ਚੌਰਸ ਜਿਹੜਾ ਗੁੰਬਦ ਹੈ ਇਹ ਚੌਰਸ ਗੁੰਬਦ ਜ਼ਰਾ ਦਿਖਾਓ ਉਸ ਪਾਸੇ। ਇਹ ਉਹ ਚੌਰਸ ਗੁੰਬਦ ਹੈ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਕਿ ਮਕਬਰਾ ਗੁਲ ਬੇਗਮ ਔਰ ਇਹ ਕਬਰ ਹੈ ਦੇ ਅੰਦਰ ਉਹਨਾਂ ਦੇ ਜਿਹੜੇ ਮੂੰਹ ਬੋਲੇ ਬੇਟੇ ਸੀ, ਯਾਨੀ ਕਿ ਮਹਾਰਾਣੀ ਗੁਲ ਬੇਗਮ ਜਿਹੜੀ ਹੈ ਉਹਨਾਂ ਦਾ ਆਪਣੀ ਕੋਈ ਔਲਾਦ ਨਹੀਂ ਸੀ, ਉਹਨਾਂ ਦੇ ਲੈ ਪਾਲਕ ਸਰ, ਕੀ ਨਾਮ ਸੀ ਉਹਨਾਂ ਦਾ? ਸਰਦਾਰ ਖਾਨ ਜੀ। ਉਹਨਾਂ ਦੇ ਜਿਹੜੇ ਲੈ ਪਾਲਕ ਬੇਟੇ ਸਨ ਉਹਨਾਂ ਦਾ ਨਾਮ ਸੀ ਸਰਦਾਰ ਖਾਨ, ਔਰ ਸਰਦਾਰ ਖਾਨ ਦੀ ਜਿਹੜੀ ਕਬਰ ਹੈ ਉਹਦੇ ਅੰਦਰ ਅੱਜ ਵੀ ਮੌਜੂਦ ਹੈ, ਔਰ ਇਸ ਮਕਬਰੇ ਦੀ ਜਿਹੜੀ ਕੇਅਰ ਟੇਕਿੰਗ ਹੈ ਇਸ ਵੇਲੇ ਉਹ ਸਰਦਾਰ ਖਾਨ ਦੇ ਪੜਪੋਤੇ ਜਿਹੜੇ ਨੇ ਉਹਨਾਂ ਦੇ ਕੋਲ ਹੈ। ਅੰਦਰ 3 ਕਬਰਾਂ ਨੇ ਟੋਟਲ, ਜੋਤ ਜਗਾਉਣ ਵਾਸਤੇ ਜਾਂ ਦੀਆ ਬਾਲਣ ਵਾਸਤੇ, ਔਰ ਸਾਹਮਣੇ ਵੀ ਇਹ ਦੀਆ ਬਾਲਣ ਵਾਸਤੇ ਹੀ ਹੈ। ਆਖਿਰ ਕੀ ਐਸੀ ਖਾਸ ਗੱਲ ਸੀ ਜਿਹੜੀ ਕਿ ਗੁਲ ਬੇਗਮ ਦੇ ਅੰਦਰ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਸੋਹਣਾ ਔਰ ਆਲੀਸ਼ਾਨ ਜਿਹੜਾ ਮਕਬਰਾ ਸੀ ਉਹ ਤਾਮੀਰ ਕਰਵਾਇਆ, ਦੀ 4 ਦੀਵਾਰੀ ਕਰਾਈ ਗਈ, ਇਹ ਹੈ ਇਹਦਾ ਹਿਸਟੋਰੀਕਲ ਪ੍ਰਾਇਮਰੀ ਸੋਰਸ ਜਿਹੜਾ ਹੈ। ਇਹ 1272 ਜਿਹੜਾ ਲਿਖਿਆ ਹੋਇਆ ਇਹ ਮੁਸਲਿਮ ਈਅਰ ਹੈ, ਫਾਰਸੀ ਦੇ ਅੰਦਰ ਲਿਖਿਆ ਹੋਇਆ ਮਕਬਰਾ ਉਹ ਬਾਗ ਗੁਲ ਬੇਗਮ। ਇਹ ਲੱਗਾ ਹੋਇਆ ਲੋਕ, ਇਹਦੀ ਅਸਲ 'ਚ ਜੈਮ ਹੈ ਲੋਕ, ਔਰ ਇਹਦੀ ਕੀ ਵੀ ਨਹੀਂ ਮਿਲਦੀ, ਇਸ ਵਾਸਤੇ ਦਿਖਾ ਨਹੀਂ ਪਾਵਾਂਗਾ, ਲੇਕਿਨ ਆਰਟ ਵਰਕ ਅਗਰ ਤੁਸੀਂ ਦੇਖੋ ਤਾਂ ਕੁਛ ਜਿਹੜਾ, ਕੁਛ ਲੋਕ ਮੇਰੇ ਨਾਲ ਇਖਤਲਾਫ ਕਰਦੇ ਸਨ ਖਰਬੂਜ਼ੇ ਦੇ ਮੁਤਲਿਕ। ਇਹ ਦੇਖੋ ਤੁਸੀਂ ਖਰਬੂਜ਼ਾ ਜਿਹੜਾ ਤੁਹਾਨੂੰ ਖਾਲਸਾ ਆਰਟ 'ਚ ਵਾਜ਼ੇ ਤੌਰ 'ਤੇ ਨਜ਼ਰ ਆਏਗਾ, ਗ੍ਰੇਪਸ, ਅੰਗੂਰ, ਔਰ ਖੂਹ
بزمین تازہ چون بہشت برین باغ و آب نابا کل بیگم حس سردار خان بانی باغ خلف مستاب کل بیگم سال تعمیر باغ خورم کفت امن باغ جناب کل بیگم یہ لکھا ہے اور اس تو تھلے لکھا ہے اسی 1200 ہوں 1400 سم تھنگ چل رہی ہے تو یہ مطلب ہے کہ یہ کوئی 190 سال یا 200 سال پرانا جڑا ہے کیونکہ 180 سال تے خالصہ راج نو ختم ہو گئے نے تے مہاراجا رنجیت سنگھ نے یہ مقبرہ جڑا سی وہ اپنے ہندیاں بنوایا سی انہاں تو بعد جڑے مقبرے بنے انہاں دے تے وہ شان و شوکت یا وہ جاہو جلال نہیں سی جڑا کہ انہاں دے اپنے دور دے وچ کیتا گیا سی تسی دیکھ رہے ہو مقبرہ او باغ بیگم کل بیگم گل بیگم یہ مچھلی دی جڑی سکین ہے جس طرح اودے طرح دے بنے ہوئے نے اور اے والا جڑا ہے اتنے بنیا ہے پلر سیم تمام خالصہ راج فٹ سٹیپس کی جن بلڈنگس نے انہوں کے مطابق بنیا ہوا ہے ایک گیٹ ادھر ہے باغ دیا دیوار جڑی نے کدی بہت اچھی سن لیکن ہوں تو دیکھا جا سکتا ہے کہ بھی حالت جڑی ہے ہوں کافی خراب ہے ایسی اصل چو دروازہ دشنی جوڑی ہے میں ہاں تھوڑا اپنا ہوسٹ بابا جی اور تسی دیکھ رہے سی مقبرہ و باغ گل بیگم یہ اگر میانی صاحب قبرستان اگر تسی آندے ہو تو وہ ساؤتھ والی سائڈ دے تے تھانوں جڑا ہے وہ مقبرہ نظر آتا ہے اور مقبرہ بڑیاں بڑیاں بلڈنگاں دے اندر اس وقت گر چکیا ہے اور ایتھے جلدی پہنچا نہیں جا سکتا اس واسطے کہ یہ ہوں پرائیویٹ پراپرٹی ہے جڑے سردار خان صاحب نے انہاں دے پڑپوتے جڑے نے انہاں کول دی کیز ہوندیاں نے کیونکہ تسی حالت دیکھ سکتے ہو کہ اگر انہوں کھلا چھڈیا جائے گا تو یہ مزید نقصان ہوئے گا اس واسطے ایدی بلڈنگ دی بہترین مد نظر رکھتے ہوئے انہوں نے یہ جڑا محفوظ کرنے واسطے جڑا وہ بند کیتا ہے تاکہ عام لوگوں کی رسائی جڑی ہے گھٹ تو گھٹ ہو سکے اور اس مقبرے میں جڑا محفوظ رکھا جا سکے میں ہاں تھوڑا اپنا ہوسٹ بابا جی اور تسی دیکھ رہے ہو مقبرہ گل باغ گل بیگم مہارانی مہاراجا رنجیت سنگھ مہاراجا رنجیت سنگھ کی ایک ہی مسلمان بیوی سی جہاں نام سی گل بیگم اور کیا جاتا ہے کہ بہت پارسا خاتون سی بہت اچھی خاتون سی اور اینی دیر تک 50 سال تک راج کرن دے وچ جتھے فقیر فیملی جڑی سی انہاں دا ہاتھ سی تے اتھے دسیا جاتا ہے کہ بہت زیادہ سارے اچھے کام کراؤن دے وچ مہارانی گل بیگم دا وی ہاتھ سی ایتھوں ثابت ہوندا ہے کہ مہاراجا رنجیت سنگھ نے اگر ایک مسلمان خاتون دے نال شادی کیتی تے اوہدا بہت زیادہ چرچا نہیں سی کیتا گیا لیکن جدوں مہاراجا رنجیت سنگھ دربار صاحب ہرمندر جاندا ہے تے اوتھے دے جڑے گیانی صاحب نے وہ سزا بولدے نے اس ویلے کچھ جگہ تے لکھیا ہو جاندا ہے 350 کوڑے کچھ جگہ تے لکھیا جاندا ہے 150 کوڑے اگر وچ جنرل ہری سنگھ نلوا نہ پیندے اس ویلے تے بہت مشکل سی کہ انہاں دی سزا جڑی سی اوریجنل کوڑے پینے سی لیکن دسیا جاتا کہ بالکل چھوٹی چھوٹی چمک دے برابر وہ کوڑے جڑے سن مار کے سزا پوری کیتی گئی لیکن دیکھو تسی کہ بھی اس ویلے دے جڑے گیانی سن گرودوارا صاحب دے وہ کنے پاورفل سن کہ جزا اور سزا دونوں ہی دے سکتے سن اور اس سزا دیکھو کہ انہوں کٹ کروان دے جنرل ہری سنگھ نلوا جی دا اور بابا صاحب سنگھ بیدی جی دا نام زیادہ آتا ہے کہ بھی انہوں دے کہن دے اتنے جڑا ہے انہوں
ਜਿਹੜੀ ਹੈ ਸਜ਼ਾ ਕੱਟ ਦਿੱਤੀ ਗਈ ਸੀ ਅਤੇ ਬਾਕੀ ਜ਼ਿਕਰ ਮੋਹਰਾਂ ਦਾ ਵੀ ਆਉਂਦਾ ਹੈ, ਮੋਹਰਾਂ ਤਵਾਇਫ ਦਾ ਵੀ ਆਉਂਦਾ ਹੈ, ਮੋਹਰਾਂ ਸਰਕਾਰ ਜਿਹਨੂੰ ਕਿਹਾ ਜਾਂਦਾ ਹੈ। ਫਿਰ ਕਿਸੇ ਦਿਨ ਮੈਂ ਉੱਥੇ ਤੁਹਾਨੂੰ ਲੈ ਕੇ ਚੱਲਾਂਗਾ ਉਹਨਾਂ ਦੀ ਜਿਹੜੀ ਜਿਹੜੀ ਮਸਜਿਦ ਹੈ, ਮਸਜਿਦ ਮੋਹਰਾਂ ਵਾਲੀ ਅੰਦਰੂਨ ਸ਼ਹਿਰ ਵਿੱਚ ਮੌਜੂਦ ਹੈ। ਆਓ ਮੈਂ ਤੁਹਾਨੂੰ ਥੋੜ੍ਹਾ ਜਿੰਨਾ ਵਿਊ ਦਿਖਾਉਣਾ ਵਾਂ। ਇਨਸਾਨ ਕੀ ਕੁਛ ਸੋਚਦਾ ਹੈ, ਲੇਕਿਨ ਫਿਰ ਵੀ ਕਹਿੰਦੇ ਨੇ ਕਿ ਰਹਿਣਾ ਰੱਬ ਦਾ ਨਾਂ ਹੀ ਹੈ, ਕੁਛ ਵੀ ਬਾਕੀ ਨਹੀਂ ਬਚਦਾ ਹੈ, ਔਰ ਜਿਹੜੀਆਂ ਨੇ ਖੁਆਬ ਬਣ ਕੇ ਰਹਿ ਜਾਂਦਾ ਸਾਰਾ ਕੁਛ। ਹਰ ਅਰੂਜ ਨੂੰ ਜ਼ਵਾਲ ਹੈ, ਕਿਉਂਕਿ ਸਿੱਖ ਅੰਪਾਇਰ ਤੋਂ ਪਹਿਲੇ ਸੀ, ਮੁਗਲ ਰਾਜ ਸੀ, ਮੁਗਲ ਗ੍ਰੇਟਰ ਮੁਗਲਸ ਨੇ ਤਕਰੀਬਨ 150 ਸਾਲ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਅਰੂਜ ਰਿਹਾ, ਫਿਰ 100 ਸਾਲ ਤੱਕ ਉਹਨਾਂ ਦਾ ਜ਼ਵਾਲ ਹੁੰਦਾ ਰਿਹਾ, ਇਸ ਤਰ੍ਹਾਂ ਕੁੱਲ ਮਿਲਾ ਕੇ 350 ਸਾਲ। ਔਰ ਮੁਸਲਿਮ ਜਿਹੜੀ ਹਕੂਮਤ ਹੈ ਉਹ 750 ਸਾਲ ਉਹਨਾਂ ਨੇ ਸਭ ਕੋਂਟੀਨੈਂਟ ਦੇ ਉੱਤੇ ਰਾਜ ਕੀਤਾ ਸੀ, ਜਿਹਨੂੰ ਕਿ ਰਾਜ ਕਿਹਾ ਜਾਂਦਾ, ਗੋਲਡਨ ਇੰਪਾਇਰ ਕਿਹਾ ਜਾਂਦਾ, ਮੁਸਲਿਮਸ ਦਾ ਗੋਲਡਨ ਇੰਪਾਇਰ ਸੀ ਇੱਥੇ 750 ਸਾਲ ਤੋਂ। ਔਰ ਜਿਸ ਵੇਲੇ ਖਤਮ ਹੁੰਦਾ, ਡਾਊਨਫਾਲ ਵਾਲੇ ਉਸ ਪਾਸੇ ਆਉਂਦਾ, ਅਤੇ ਉਸ ਵੇਲੇ ਜਿਹੜੀ ਹੈ ਉਹ ਅਰੂਜ ਆਉਂਦਾ ਆਪਣਾ ਸਿੱਖ ਅੰਪਾਇਰ ਦਾ ਜਾਂ ਖਾਲਸਾ ਰਾਜ ਦਾ। ਔਰ ਉਹਦੇ ਫੁੱਟਸਟੈਪ ਦਿਖਾਉਣ ਵਾਸਤੇ ਅੱਜ ਮੈਂ ਪਹੁੰਚਿਆ ਸੀ ਇੱਥੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ।